ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਰਿਕੁਐਸਟ ਕਰਾਂਗਾ ਡਾਕਟਰ ਸੁਖਵਿੰਦਰ ਸਿੰਘ ਸੀਬੀਆ ਨੂੰ ਕਿ ਉਹ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ। ਡਾਕਟਰ ਸੀਬੀਆ ਪਲੀਜ਼। Good morning, everybody. Good morning, everybody. Good morning. Good morning, everybody. Good morning. President, Chairman, ਤੇ ਬਾਕੀ ਸਾਰੇ ਇੱਥੇ ਲੁਧਿਆਣੇ ਦੇ ਸੀਨੀਅਰ ਸਿਟੀਜ਼ਨਸ ਦਾ ਸਵਾਗਤ ਹੈ। ਥੈਂਕ ਯੂ ਫਾਰ ਬੀਇੰਗ ਹੇਅਰ। ਕੋਸ਼ਿਸ਼ ਕਰੂੰਗਾ ਕਿ ਇੱਕ ਬਹੁਤ ਹੀ ਸ਼ਾਰਟ ਯੂਜ਼ਫੁਲ ਇਨਫੋਰਮੇਸ਼ਨ ਟਾਕ ਹੋਵੇ। ਪਹਿਲੇ ਤਾਂ ਹੈਗਾ ਕਿ ਜੋ ਬਿਮਾਰੀ ਹੈ ਉਹਦੇ ਬਾਰੇ ਮੈਂ ਸਿਰਫ ਦੋ ਲਾਈਨਾਂ ਕਰੂੰਗਾ, ਜ਼ਿਆਦਾ ਨਹੀਂ ਟਾਈਮ ਲਊਂਗਾ। ਇੱਕ ਨੈਚੁਰਲ ਹਿਸਟਰੀ ਹੁੰਦੀ ਹੈਗੀ ਹਰੇਕ ਦੀ, ਹਰੇਕ ਇਨਸਾਨ ਦੀ, ਹਰੇਕ ਬਿਮਾਰੀ ਦੀ। ਤੇ ਉਹਦੇ ਵਿੱਚ ਆਪਾਂ ਹਾਰਟ ਦੀ ਗੱਲ ਕਰੀਏ, ਜਦੋਂ ਬੱਚਾ ਜਨਮ ਲੈਂਦਾ ਹੈਗਾ, ਸੋਚੋ ਕਿ ਉਸ ਵਕਤ ਉਹਦੇ ਬਲੋਕੇਜ ਸ਼ੁਰੂ ਹੋ ਗਏ। ਜੋ ਆਪਣਾ ਇੱਥੇ ਐਨਵਾਇਰੋਨਮੈਂਟ ਹੈਗਾ, ਜੋ ਪੋਲਿਊਸ਼ਨ ਹੈਗਾ, ਜੋ ਟੌਕਸਿਨਸ ਹੈਗੇ, ਜੋ ਲਾਈਫ ਸਟਾਈਲ ਆ, ਤੇ ਜਿਵੇਂ ਜਿਵੇਂ ਬਲੋਕੇਜ ਵੱਧਦੇ ਹੈਗੇ, ਬਲੱਡ ਫਲੋ ਨੂੰ ਉਹ ਹੈਂਪਰ ਕਰਦੇ ਹੈਗੇ। ਤੇ ਜਿਵੇਂ ਜਿਵੇਂ ਬਲੱਡ ਫਲੋ ਹੈਂਪਰ ਹੁੰਦਾ ਹੈਗਾ, ਨੇਚਰ ਨੇ, ਕੁਦਰਤ ਨੇ ਆਪਣੇ ਅੰਦਰ ਬਹੁਤ ਚੰਗਾ ਸਿਸਟਮ ਰੱਖਿਆ ਹੋਇਆ ਹੈਗਾ ਕਿ ਜਿਹੜੇ ਛੋਟੇ ਬਲੱਡ ਵੈਸਲ ਹੈਗੇ ਥੋੜੇ ਜਿਹੇ ਡਾਇਲੇਟ ਹੋਣ ਲੱਗ ਜਾਂਦੇ ਹੈਗੇ। ਜਦੋਂ ਹੋਰ ਪ੍ਰੋਬਲਮ ਵੱਧਦੀ ਹੈਗੀ ਤੇ ਬਹੁਤ ਸਾਰੀਆਂ ਕੈਪਿਲਰੀਜ ਆਪਣੇ ਬਾਡੀ ਚ ਹੈਗੀਆਂ, ਆਪਣੇ ਹਾਰਟ ਚ ਹੈਗੀਆਂ, ਜਿਹੜੀ ਹੈਗੀ ਰਿਜ਼ਰਵ ਹੈਗੀਆਂ, ਬਾਡੀ ਚ ਪਈਆਂ ਹੈਗੀਆਂ, ਲੇਕਿਨ ਉਹ ਚੱਲ ਨਹੀਂ ਰਹੀਆਂ। ਜਿਵੇਂ ਸਕੂਟਰ ਕਾਰ ਦਾ ਰਿਜ਼ਰਵ ਹੁੰਦਾ ਹੈਗਾ, ਉਦਾਂ ਆਪਣੇ ਇੱਕ ਰਿਜ਼ਰਵ ਰੱਖਿਆ ਹੋਇਆ ਆਪਣੇ ਅੰਦਰ, ਤੇ ਉਹ ਖੁੱਲਣ ਲੱਗ ਜਾਂਦੀਆਂ। ਜਦੋਂ ਹੋਰ ਜ਼ਿਆਦਾ ਪ੍ਰੋਬਲਮ ਹੁੰਦੀ ਹੈਗੀ ਤੇ ਨਵੇਂ ਬਲੱਡ ਵੈਸਲਸ ਵੀ ਬਣਨ ਲੱਗ ਜਾਂਦੇ ਆ। ਹਿਊਮਨ ਬਾਡੀ ਦੀ ਇਮੈਂਸ ਪਾਵਰ ਹੈਗੀ ਜਿਹੜੀ ਕਿ ਆਪਾਂ ਨਹੀਂ ਰਿਅਲਾਈਜ਼ ਕਰਦੇ ਤੇ ਆਪਾਂ ਨਹੀਂ ਯੂਜ਼ ਕਰਦੇ। ਤੇ ਨੇਚਰ ਨੇ ਇੱਕ ਬੈਲੈਂਸ ਬਣਾਇਆ ਹੋਇਆ ਹੈਗਾ, ਬੈਲੈਂਸ ਦੇ ਕਾਰਨ ਆਪਾਂ ਨੂੰ ਕਿਸੇ ਹੱਦ ਤੱਕ ਕੋਈ ਤਕਲੀਫ ਮਹਿਸੂਸ ਨਹੀਂ ਹੁੰਦੀ। ਲੇਕਿਨ ਜਦੋਂ ਆਪਣਾ ਬੈਲੈਂਸ ਵਿਗੜਦਾ ਹੈਗਾ, ਉਸ ਵਕਤ ਆਪਣਾ ਨੂੰ ਚੈਸਟ ਪੇਨ, ਐਨਜਾਈਨਾ ਵਗੈਰਾ ਸ਼ੁਰੂ ਹੋ ਜਾਂਦਾ ਹੈਗਾ। ਸ਼ੁਰੂ ਦੇ ਵਿੱਚ ਜਿਹੜਾ ਹੈਗਾ ਬੈਲੈਂਸ ਆਪਣੇ ਫੇਵਰ ਚ ਹੈਗਾ, ਹੌਲੀ 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 ਉਹ ਬੈਲੈਂਸ ਬਦਲਣ ਲੱਗ ਜਾਂਦਾ ਹੈਗਾ। ਇੱਕ ਟਾਈਮ ਆਉਂਦਾ ਜਦੋਂ ਕਿ ਜਿਹੜੇ ਬਲੱਡ ਵੈਸਲ ਨੇਚਰ ਨੇ ਪੈਦਾ ਕੀਤੇ ਆ, ਜਦੋਂ ਨਹੀਂ ਇਨਫ, ਦੈਨ ਦਾ ਪ੍ਰੋਬਲਮ ਇਸ਼ੂ ਸਟਾਰਟਸ। ਜਦੋਂ ਇਹ ਸਟੇਜ ਆਉਂਦੀ ਹੈਗੀ ਤੇ ਨਾਰਮਲੀ ਸਟੈਂਟ ਜਾਂ ਬਾਈਪਾਸ ਕਰਨੀ ਸੋਚਿਆ ਜਾਂਦਾ ਹੈਗਾ, ਲੇਕਿਨ ਉਹਦੇ ਇਲਾਵਾ ਵੀ ਬਹੁਤ ਹੋਰ ਸਾਰੇ ਟ੍ਰੀਟਮੈਂਟਸ ਹੈਗੇ। ਤੇ ਇੱਕ ਗਰੁੱਪ ਤਾਂ ਇਹ ਹੈਗਾ ਜਿਹੜਾ ਕਿ ਜਦੋਂ ਕੋਈ ਪ੍ਰੋਬਲਮ ਆਉਂਦਾ ਹੈਗਾ ਆਪਾਂ ਸਰਚ ਕਰਦੇ ਹਾਂ ਕੋਈ ਹੋਰ ਆਲਟਰਨੇਟਿਵ, ਲੇਕਿਨ ਉਸ ਤੋਂ ਜ਼ਿਆਦਾ ਇੰਪੋਰਟੈਂਟ ਇੱਕ ਹੋਰ ਗਰੁੱਪ ਹੈਗਾ, ਉਹ ਹੈਗਾ ਜਿਹੜਾ ਕਿ ਬਹੁਤ ਹਾਈ ਰਿਸਕ ਆ ਜਿਨ੍ਹਾਂ ਦੇ ਸਰਜਰੀ ਜਾਂ ਸਟੈਂਟ ਦਾ, ਜਾਂ ਜਿਨ੍ਹਾਂ ਦੇ ਸਟੈਂਟ ਜਾਂ ਬਾਈਪਾਸ ਹੋ ਚੁੱਕਿਆ ਤੇ ਫੇਲ ਹੋ ਗਿਆ ਹੋਵੇ, ਜਾਂ ਜਿਹੜੇ ਕਰਾਉਣਾ ਨਹੀਂ ਚਾਹੁੰਦੇ ਕਿਸੇ ਵੀ ਕਾਰਨ, ਜਿਵੇਂ ਕੋਈ ਰਿਲੀਜੀਅਸ ਕਾਰਨ ਹੋ ਸਕਦਾ ਹੈਗਾ, ਕੋਈ ਕਹਿੰਦਾ ਨਹੀਂ ਜਿਹਾ ਜਿਹਾ ਰੱਬ ਨੇ ਮੈਨੂੰ ਸਰੀਰ ਦਿੱਤਾ ਮੈਂ ਇਹ ਨਹੀਂ ਲੈ ਕੇ ਜਾਣਾ, ਮੈਂ ਕੋਈ ਇਹਦੇ ਚੀਰ ਪਾੜ ਨਹੀਂ ਕਰਾਉਣੀ। ਤੇ ਬਹੁਤ ਸਾਰੇ ਆਪਣੇ ਇੰਡੀਆ ਚ ਅਨਫੋਰਚੁਨੇਟਲੀ ਉਹ ਵੀ ਹੈਗੇ ਜਿਹੜੇ ਅਫੋਰਡ ਨਹੀਂ ਕਰ ਸਕਦੇ। ਇਹਨਾਂ ਇਸ ਗਰੁੱਪ ਦੇ ਲਈ ਜਿਹੜੇ ਇਹ ਟ੍ਰੀਟਮੈਂਟਸ ਹੈਗੇ ਉਹ ਇੱਕ ਆਪਸ਼ਨ ਹੋਈ ਨਹੀਂ ਹੈਗਾ, ਇਟ ਇਜ਼ ਪ੍ਰੋਬਬਲੀ ਦਾ ਓਨਲੀ ਆਪਸ਼ਨ, ਐਂਡ ਹੈਂਸ ਇਟ ਇਜ਼ ਲਾਈਫ ਸੇਵਿੰਗ ਫਾਰ ਦਿਸ ਗਰੁੱਪ ਆਫ ਪੇਸ਼ੈਂਟਸ। ਤੇ ਇਹ ਸਭ ਜਿਹੜਾ ਹੈਗਾ ਏਜ ਦੇ ਨਾਲ ਜ਼ਿਆਦਾ ਇਸ਼ੂਜ਼ ਆਉਂਦੇ ਹੈਗੇ, ਕਿਉਂਕਿ ਏਜ ਦੇ ਨਾਲ ਰਿਸਕ ਫੈਕਟਰ ਵੱਧਦਾ ਹੈਗਾ। ਬਟ ਦੇਰ ਇਜ਼ ਗੁੱਡ ਨਿਊਜ਼, ਬਹੁਤ ਚੰਗੀ ਨਿਊਜ਼ ਹੈਗੀ ਕਿ ਹੁਣ ਟ੍ਰੀਟਮੈਂਟਸ ਅਵੇਲੇਬਲ ਹੈਗੇ, ਜੇ ਬਿਨਾਂ ਸਰਜਰੀ, ਬਿਨਾਂ ਐਨੈਸਥੀਸੀਆ, ਬਿਨਾਂ ਚੀਰ ਫਾੜ, ਬਿਨਾਂ ਹੋਸਪਿਟਲ ਸਟੇ ਕੀਤੇ ਜਾ ਸਕਦੇ ਆ। ਉਹਨਾਂ ਚੋਂ ਕੁਛ ਹੈਗੇ ECP, ਜੋ ECP ਵੀ ਕਹਿੰਦੇ ਹੈਗੇ,
ESMR, extra corporeal shock wave, relaxation, creation therapy, ozone therapy, stem cell therapy. मैं इतना कुछ दे होते नॉलेज शेयर करूंगा, लेकिन सब तो पहले तो हैगा कि बीमारी बारे पता करना किन्नी हैगी किवें आ। उधरे टेस्ट हैगे, सिंपल टेस्ट, ब्लड टेस्ट, ईसीजी, टीएमटी, इको, एक्सरे। उधर बाद एक टेस्ट है कार्डियोवैस्कुलर कार्टोग्राफी। जदों आपां गल कर रहे हैं नॉन इनवेजिव की, नॉन सर्जिकल की, तो फिर आपां टेस्ट भी वह चाहिए हैगा जिहड़ा कि बहुत इनफॉर्मेशन देवे विदाउट इनवेजन, विदाउट एनी इंजेक्शन। वह हैगा कार्डियोवैस्कुलर कार्टोग्राफी। तो जिहड़े इनवेजिव हैगे उस टेस्ट फेलियर, सीटी एंजियोग्राफी, एंजियोग्राफी, ते हुण लेटेस्ट जो हैगा वो एक छोटा जिहा अल्ट्रासाउंड कैमरा तार दे उत्ते लगा के अंदर पाउंदे जिहड़े कि उत्ते अल्ट्रासाउंड पिक्चर्स खिंच सके। जिहड़ा टेस्ट मेन असीं कर रहे हैगे वो आ कार्डियोवैस्कुलर कार्टोग्राफी। एक बहुत सिंपल जिहा टेस्ट हैगा, पेशेंट बैड ते बह जांदा हैगा, ਉਹਦੇ ਬਾਡੀ ਦੇ ਸੈਂਸਰ ਲਗਾ ਦਿੰਦੇ ਹੈਗੇ। ਇਹ ਸੈਂਸਰ ਜਿਹੜੇ ਹੈਗੇ ਬਾਡੀ ਦੇ ਅੰਦਰੋਂ ਡਾਟਾ ਕਲੈਕਟ ਕਰਦੇ ਆ। ਇਹਦੀ ਸੈਂਸਿਟੀਵਿਟੀ ਮੈਂ ਦੱਸ ਦਿੰਦਾ ਕਿਵੇਂ ਆ। ਇੱਕ ਆ ਛੋਟਾ ਜਿਹਾ ਇੱਥੇ ਇੰਸਟਰੂਮੈਂਟ ਹੈਗਾ ਐਨ ਐਸ ਸਾਈਜ਼ ਦਾ, ਜਿਹੜਾ ਕਹਿ ਲਓ ਕਿ ਆਪਣੇ ਅੱਠ ਆਨੇ ਦੇ ਕੋਇਨ ਜਿੰਨਾ ਹੈਗਾ, ਥੋੜਾ ਜਿਹਾ ਮੋਟਾ। ਉਹੀ ਇੰਸਟਰੂਮੈਂਟ ਦਾ ਹੈਗਾ ਜਿਹੜਾ ਕਿ ਹਵਾਈ ਜਹਾਜ਼ ਦੇ ਅੱਗੇ ਲੱਗਿਆ ਹੁੰਦਾ ਹੈਗਾ, ਦੂਰੋਂ ਕੋਈ ਹਵਾਈ ਜਹਾਜ਼ ਤਾਂ ਨਹੀਂ ਆ ਰਿਹਾ ਉਹ ਦੇਖਣ ਦੇ ਲਈ। ਤੇ ਸਿਮਿਲਰ ਇੰਸਟਰੂਮੈਂਟਸ ਹੈਗੇ ਜਿਹੜੇ ਕਿ ਸੈਟੇਲਾਈਟ ਤੋਂ ਸਟੱਡੀ ਕਰਦੇ ਹੈਗੇ ਕਿ ਪ੍ਰਿਥਵੀ ਦੇ ਹੇਠਾਂ ਕਿੱਥੇ ਪਾਣੀ ਆ ਤੇ ਕਿੱਥੇ ਤੇਲ ਆ। ਤੇ ਇਹ ਜਦੋਂ ਸੈਂਸਰਸ ਡਾਟਾ ਪਿਕਅਪ ਕਰਦੇ ਆ ਉਹਨੂੰ ਐਨਲਾਈਜ਼ ਕਰਕੇ ਅੱਗੇ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈਗੀ ਕਿ ਹਾਰਟ ਦੇ ਕਿਹੜੇ ਹਿੱਸੇ ਚ ਕਿੰਨਾ ਬਲੱਡ ਜਾ ਰਿਹਾ ਹੈਗਾ। ਐਂਜੋਗ੍ਰਾਫੀ ਬਲੋਕੇਜ ਦੱਸਦਾ ਹੈਗਾ, ਇਹ ਦੱਸਦਾ ਕਿ ਬਲੋਕੇਜ ਦੇ ਬਾਵਜੂਦ ਅੱਗੇ ਬਲੱਡ ਕਿੰਨਾ ਗਿਆ। ਆਪਾਂ ਇਹ ਬਹੁਤ ਵਾਰੀ ਸੁਣਿਆ ਹੈਗਾ ਕਿ ਕਿਸੇ ਐਂਜੋਗ੍ਰਾਫੀ ਹੋਈ ਕਿਧਰ 90% ਬਲੋਕੇਜ, ਕਿਧਰ 99% ਬਲੋਕੇਜ, ਤੇ ਉਹ ਕਹਿੰਦੇ ਮੈਨੂੰ ਤਾਂ ਕੁਛ ਨਹੀਂ ਹੋਇਆ। ਹਾਊ ਇਜ਼ ਇਟ ਪੋਸੀਬਲ ਦੈਟ 99% ਬਲੋਕੇਜ, ਇਫ ਓਨਲੀ 1% ਬਲੱਡ ਫਲੋ ਇਜ਼ ਦੇਅਰ, ਹਾਊ ਕੈਨ ਅ ਪਰਸਨ ਸਰਵਾਈਵ? So there are other factors. Other factors are those factors which are not visible in angiography. Jede factors angiography nahi nazar aunde oh bahut sare hage, unna de karan apa 99% de bawajood bahut sare patient nu kuch nahi hunda. Oh hage collateral develop hona, dilate hona, kise had tak blood pressure bhi compensation hai. ਇਹ ਹੈਗਾ ਕਿ ਬਲੱਡ ਫਲੋ, ਫਿਰ ਆਕਸੀਜਨ ਸਪਲਾਈ, ਇਹ ਟੋਟਲ ਆਕਸੀਜਨ ਮਿਲ ਰਹੀ ਹੈਗੀ ਕਿੰਨੀ ਆਪਾਂ ਯੂਜ ਕਰ ਰਹੇ ਹੈਗੇ ਤੇ ਕਿੰਨੀ ਕੰਮ ਕਰਨ ਲਈ ਬਾਕੀ ਹੈ, ਤੇ ਹਾਰਟ ਦੇ ਉੱਤੇ ਲੋਡ ਕਿੰਨਾ। ਇਹ ਵੀ ਇੰਪੋਰਟੈਂਟ ਹੈਗਾ ਕਿ ਲੋਡ ਹੈਗਾ ਸਿਰਫ ਬਲੱਡ ਘਟਣ ਦਾ ਨਹੀਂ ਹੈਗਾ, ਉਹ ਪ੍ਰੈਸ਼ਰ ਲੋਡ ਹੋ ਸਕਦਾ, ਵਾਲਿਊਮ ਓਵਰਲੋਡ ਹੋ ਸਕਦਾ ਹੈਗਾ, ਜਾਂ ਇਹ ਵੀ ਹੋ ਸਕਦਾ ਹੈਗਾ ਕਿ ਸਭ ਕੁਛ ਨਾਰਮਲ ਹੈਗਾ ਲੇਕਿਨ ਬਲੱਡ ਪ੍ਰੈਸ਼ਰ ਦੇ ਕਾਰਨ ਹਾਰਟ ਦਾ ਸਾਈਜ਼ ਵੱਧ ਗਿਆ ਹੈਗਾ, ਬਲੱਡ ਫਲੋ ਨਾਰਮਲ ਹੈਗਾ ਲੇਕਿਨ ਹਾਰਟ ਦਾ ਸਾਈਜ਼ ਵਧਣ ਦੇ ਕਾਰਨ ਰਿਕੁਆਇਰਮੈਂਟ ਵੱਧ ਗਈ ਹੈਗੀ, ਉਹਦੇ ਕਾਰਨ ਵੀ ਐਂਜਾਈਨਾ ਹੋ ਸਕਦਾ ਹੈਗਾ। ਫਿਰ ਟ੍ਰੀਟਮੈਂਟ ਆਪਾਂ ਉਹਨਾਂ ਤੇ ਆ ਜਾਈਏ। ਇੱਕ ਟ੍ਰੀਟਮੈਂਟ ਹੈਗਾ ECP, ਐਕਸਟਰਨਲ ਕਾਊਂਟਰ ਪਲਸੇਸ਼ਨ। ਐਕਸਟਰਨਲ ਮਤਲਬ ਬਾਡੀ ਦੇ ਬਾਹਰੋਂ, ਕਾਊਂਟਰ ਮਤਲਬ ਆਪੋਜਿਟ ਡਾਇਰੈਕਸ਼ਨ, ਪਲਸੇਸ਼ਨ ਮਤਲਬ ਪਲਸਟਾਈਲ ਫੈਸ਼ਨ। ਇਹ ਸਰੀਰ ਦੇ ਬਾਹਰੋਂ ਹੀ ਹੈਗਾ, ਲੱਤਾਂ ਦੇ ਕਸ ਬੰਨ ਦਿੱਤੇ ਜਾਂਦੇ ਆ, ਜਿਹੜੇ ECG ਟਾਈਮਿੰਗ ਦੇ ਮੁਤਾਬਕ ਹੇਠਾਂ ਤੋਂ ਉੱਤੇ ਨੂੰ ਪ੍ਰੈਸ ਕਰਦੇ ਹੈਗੇ, ਜਿਹਦੇ ਕਾਰਨ ਕੁਝ ਪ੍ਰੈਸ਼ਰ ਕ੍ਰੀਏਟ ਹੁੰਦੇ ਆ ਹਾਰਟ ਦੇ ਬਲੱਡ ਵੈਸਲ, ਜਾਂ ਹਾਰਟ ਦੇ ਬਲੱਡ ਵੈਸਲ ਇੱਕ ਤਾਂ ਫੁੱਲਦੇ ਹੈਗੇ। ਦੂਜਾ ਹੈਗਾ ਜਿਵੇਂ ਪਹਿਲੇ ਦੱਸਿਆ ਸੀਗਾ ਨੇਚਰ ਦੇ ਰਿਜ਼ਰਵ ਕੈਪੀਟਲ ਦਿੱਤੀਆਂ ਉਹ ਖੁੱਲਦੀਆਂ ਹੈਗੀਆਂ। ਤੀਜਾ ਹੈਗਾ ਕਿ ਨਵੇਂ ਬਲੱਡ ਵੈਸਲ ਬਣਨ ਦੇ ਹੈਲਪ ਮਿਲਦੀ ਆ। ਇਹ ਸਭ ਦੇ ਜਿਹੜੇ ਪਹਿਲੇ ਦੱਸਿਆ ਸੀਗਾ ਕੋਈ ਸਰਜਰੀ ਨਹੀਂ, ਕੋਈ ਐਨਸਥੀਸੀਆ ਨਹੀਂ, ਕੋਈ ਬਲੱਡ ਟ੍ਰਾਂਸਫਿਊਜ਼ਨ ਨਹੀਂ, ਕੋਈ ਹਸਪੀਟਲ ਸਟੇ ਨਹੀਂ, ਸੇਫ
ਐਂਡ ਕੰਫਰਟੇਬਲ। ਇਹ ਟ੍ਰੀਟਮੈਂਟ ਦੇ ਲਈ ਪਹਿਲੇ ਕਸ ਬੰਦੇ ਹੈਗੇ, ਸੈਂਸਰ ਲਗਾਉਣੇ ਹੈਗੇ ਜਿਹੜੇ ਕਿ ਟਾਈਮਿੰਗ ਉਹਦੇ ਪ੍ਰੋਪਰ ਕਰਨ, ਉਹਦੇ ਬਾਅਦ ਟ੍ਰੀਟਮੈਂਟ ਹੁੰਦਾ। ਇਹ ਸਾਡਾ ਪੇਸ਼ੈਂਟ ਹੈ ਜਿਹੜਾ ਕਿ ਅਸੀਂ ਪਹਿਲੇ ਪਾਕਿਸਤਾਨ ਤੋਂ ਆਇਆ ਸੀਗਾ ਤੇ ਉਹ ਟ੍ਰੀਟਮੈਂਟ ਲੈ ਰਿਹਾ ਹੈਗਾ। ਇਹ ਆ ਕਿ ਜਿਵੇਂ ਪਹਿਲੇ ਹੇਠਾਂ ਪ੍ਰੈਸ ਹੁੰਦਾ, ਫਿਰ ਉੱਤੇ ਤੇ ਫਿਰ ਉੱਤੇ, ਤਾਂ ਕਿ ਰਿਵਰਸ ਆਰਡਰ ਦੇ ਵਿੱਚ ਪਲਸੇਸ਼ਨ ਬਣੇ। ਇਫੈਕਟ ਜਿਹੜਾ ਹੈਗਾ ਇਹਦਾ ਸਿਰਫ ਹਾਰਟ ਤੇ ਨਹੀਂ ਹੈਗਾ, ਹਾਰਟ ਦੇ ਵਿੱਚ 22-42% ਬਲੱਡ ਫਲੋ ਵੱਧਦਾ ਹੈਗਾ, ਬ੍ਰੇਨ ਚ ਵੱਧਦਾ ਹੈਗਾ, ਕਿਡਨੀ ਚ ਵੱਧਦਾ ਹੈਗਾ, ਆਲਮੋਸਟ ਥਰੋਅਰ ਬਾਡੀ ਸਭ ਜ਼ਿਆਦਾ ਇੱਥੇ ਬਲੱਡ ਫਲੋ ਇੰਪਰੂਵ ਕਰਦਾ। ਜੇ ਆਪਾਂ ਡਾਕਟਰ ਅਬਦੁਲ ਕਲਾਮ, ਜਿਹੜਾ ਕਿ ਮੇਰੇ ਖਿਆਲ ਜਿੰਨੇ ਹੁਣ ਤੱਕ ਪ੍ਰੈਜੀਡੈਂਟ ਹੋਏ ਹੈਗੇ ਵੈਸੇ ਸਾਰੇ ਬੜੇ ਆਨਰੇਬਲ ਆ, ਲੇਕਿਨ ਮੇਰਾ ਸਭ ਤੋਂ ਜ਼ਿਆਦਾ ਇੱਜ਼ਤ ਡਾਕਟਰ ਅਬਦੁਲ ਕਲਾਮ ਨੇ ਕਮਾਈ ਹੈ। ਉਹਨਾਂ ਨੇ ਬੰਗਲੌਰ ਮੈਡੀਕਲ ਕਾਲਜ ਜਾ ਕੇ ਇੱਕ ਲੈਕਚਰ ਦਿੱਤਾ ਪੋਸਟ ਗ੍ਰੈਜੂਏਟ ਸਟੂਡੈਂਟਸ ਨੂੰ। ਉਹੀ ਚੀਜ਼ ਉਹਨਾਂ ਨੇ ਉਸ ਤੋਂ ਪਹਿਲੇ ਵਰਲਡ ਕਾਂਗਰਸ ਆਫ ਇੰਟਰਵੈਂਸ਼ਨਲ ਕਾਰਡੀਓਲੋਜੀ ਬੰਬੇ ਚ ਲੈਕਚਰ ਦਿੱਤਾ। ਇਹ ਸਾਨੂੰ ਬੜਾ ਵੱਡੀ ਵੱਡੀ ਅਚੀਵਮੈਂਟ ਲੱਗਦੀ ਆ ਕਿ ਇਹ ਲੈਕਚਰ ਪ੍ਰੈਜੀਡੈਂਟ ਦੀ ਵੈਬਸਾਈਟ ਤੇ ਆ ਤੇ ਉੱਥੇ ਉਹਨਾਂ ਨੇ ਸਿਵੀਆ ਮੈਡੀਕਲ ਸੈਂਟਰ ਦਾ ਜ਼ਿਕਰ ਕੀਤਾ। ਥੈਂਕ ਯੂ। ECP ਕਾਰਡੀਐਕ ਤੇ ਹੋਰ ਡਿਜ਼ੀਜ਼ ਦੇ ਲਈ ਬਹੁਤ ਇੰਪੋਰਟੈਂਟ ਆ ਤੇ ਵਰਲਡ ਦੇ ਲੀਡਿੰਗ ਸੈਂਟਰ ਚ ਆ ਤੇ ਉਹਦੇ ਵਿੱਚ ਉਹਨੇ ਸਿਵੀਆ ਮੈਡੀਕਲ ਸੈਂਟਰ ਦੇ ਐਸਕੋਟ ਦਾ ਉਹਨਾਂ ਨੇ ਜ਼ਿਕਰ ਕੀਤਾ। ਇੱਕ ਟ੍ਰੀਟਮੈਂਟ ਹੈਗਾ ਆਰਟੀਕਲੇਅਰ ਥੈਰੇਪੀ, ਇਹਨੂੰ ਕਲੇਸ਼ਨ ਥੈਰੇਪੀ ਵੀ ਕਹਿੰਦੇ ਹੈਗੇ। ਇਹਦੇ ਚ ਅਸੀਂ ਡਿਫਰੈਂਟ ਮੈਡੀਸਨ ਦਿੰਦੇ ਹੈਗੇ ਤੇ ਜਿਵੇਂ ਆਪਾਂ ਦੇਖ ਰਹੇ ਹੈਗੇ ਇੱਥੇ ਹੋ ਰਿਹਾ। ਇਹ ਵੀ ਕੋਈ ਹੋਸਪਿਟਲ ਸਟੇ ਵਗੈਰਾ ਦੀ ਲੋੜ ਨਹੀਂ ਹੈਗੀ, 2.5-3 ਘੰਟੇ ਲੱਗਦੇ ਆ ਇੱਕ ਵਾਰ ਕਰਦੇ ਆ, ਆਮ ਤੌਰ ਤੇ 20-30 ਵਾਰੀ ਕਰੀਦਾ ਹੈਗਾ, ਹਫਤੇ 2-3 ਵਾਰੀ ਕਰ ਸਕਦੇ ਆ। ਜੇ ਮੈਡੀਸਨ ਦਾ ਥਰੋਅਰ ਦਾ ਬਾਡੀ ਸਰਕੂਲੇਟ ਕਰਦੀਆਂ ਹੈਗੀਆਂ ਤੇ ਇਹ ਬੇਸਿਕਲੀ ਬਾਡੀ ਤੋਂ ਕੈਲਸ਼ੀਅਮ ਤੇ ਹੈਵੀ ਮੈਟਲਸ ਕੱਢਦੀ ਹੈ। ਕਿਲੇਟ ਦਾ ਮਤਲਬ ਕਰੈਬ ਦੇ ਵਾਂਗੂ ਬਾਡੀ ਤੋਂ ਕੋਈ ਚੀਜ਼ ਕੱਢਣੀ, ਤੇ ਜਦੋਂ ਕੈਲਸ਼ੀਅਮ ਵਗੈਰਾ ਨਿਕਲਦਾ ਹੈਗਾ ਕੁਛ ਤਾਂ ਸਾਈਜ਼ ਬਲੋਕੇਜ ਦਾ ਘਟਦਾ ਹੈਗਾ, ਲੇਕਿਨ ਮੇਨ ਜੋ ਹੈਗਾ ਉਹ ਹੈਗਾ ਕਿ ਬਲੱਡ ਵੈਸਲ ਦੀ ਇਲਾਸਟਿਸਿਟੀ ਇੰਪਰੂਵ ਕਰਦੀ ਹੈ ਤੇ ਇਲਾਸਟਿਕ ਬਲੱਡ ਵੈਸਲ ਜਿਹੜੇ ਹੈਗੇ ਉਹ ਜ਼ਿਆਦਾ ਬਲੱਡ ਫਲੋ ਉਹਨਾਂ ਥਰੂ ਜਾ ਸਕਦਾ ਹੈਗਾ ਹਾਰਟ ਬਲੱਡ ਵੈਸਲ ਦੇ ਕੰਪੈਰੀਜ਼ਨ ਵਿੱਚ। ਤੇ ਕਿਉਂਕਿ ਇਹ ਥਰੋਅਰ ਦਾ ਬਾਡੀ ਜਾਂਦੀ ਹੈਗੀ, ਇਹ ਸਾਰੇ ਬਾਡੀ ਨੂੰ ਇਫੈਕਟ ਕਰਦੀ ਹੈ ਤੇ ਸਾਰੇ ਬਾਡੀ ਦੇ ਵਿੱਚ ਡੀਟੋਕਸੀਫਿਕੇਸ਼ਨ ਵੀ ਹੁੰਦੀ ਹੈਗੀ ਕਿਉਂਕਿ ਹੈਵੀ ਮੈਟਲ ਨਿਕਲਦੇ ਆ ਤੇ ਨਾਲ ਬਲੱਡ ਫਲੋ ਵੀ ਵੱਧਦਾ ਹੈਗਾ। ਤੇ ਕਿਉਂਕਿ ਇਹ ਡੀਟੋਕਸੀਫਾਈ ਕਰਦੀ ਆ, ਅਲਜ਼ਾਈਮਰ ਡਿਜ਼ੀਜ਼, ਮਲਟੀਪਲ ਸਕਲੈਰੋਸਿਸ ਵਗੈਰਾ, ਲੈਡ ਪੋਇਜ਼ਨਿੰਗ ਸਭ ਕੁਝ ਜਾ ਕੇ ਹੈਲਪਫੁਲ ਹੈ। ਅਮਰੀਕਨ ਗਵਰਨਮੈਂਟ ਨੇ $30 billion ਅਲਾਟ ਕੀਤੇ ਇਹਦੀ ਸਟੱਡੀ ਦੇ ਲਈ। ਉਹਦਾ ਰਿਜ਼ਲਟ ਸੀਗਾ ਕਿ ਇਹ ਸਾਰੇ ਉਹ ਪੇਸ਼ੈਂਟ ਸੀ ਜਿਨ੍ਹਾਂ ਨੂੰ ਹਾਰਟ ਅਟੈਕ ਹੋ ਚੁੱਕਿਆ ਸੀਗਾ, ਉਹਨਾਂ ਦੇਖਿਆ ਕਿ 18% ਰਿਪੀਟ ਹਾਰਟ ਟੈਸਟ ਘਟੇ ਇਹਨਾਂ ਪੇਸ਼ੈਂਟ ਦੇ ਵਿੱਚ ਨੋਰਮਲ, ਤੇ ਡਾਇਬੈਟਿਕ ਪੇਸ਼ੈਂਟਸ ਦੇ ਵਿੱਚ 39% ਘਟੇ, ਜਿਹੜੇ ਕਿ ਬਹੁਤ ਚੰਗੀ ਅਚੀਵਮੈਂਟ ਸੀ। ਗਵਰਨਮੈਂਟ ਉੱਥੇ ਨੇ ਹੁਣ ਦੁਬਾਰੇ ਕਿਹਾ ਕਿ ਇਹਨੂੰ ਹੋਰ ਵੱਡੇ ਸਕੇਲ ਦੇ ਵਿੱਚ ਇਹਨੂੰ ਸਟੱਡੀ ਕੀਤਾ ਜਾਏ। ਜਾਂ ਲੇਟੈਸਟ ਮੈਥਡ ਹੈਗਾ ਨਾਨ ਸਰਜੀਕਲ ਹਾਰਟ ਟ੍ਰੀਟਮੈਂਟ ਦੇ ਵਿੱਚ, ਉਹ ਹੈਗਾ ਐਕਸਟਰਾ ਕਾਰਪੋਰਲ ਸ਼ੋਕ ਵੇਵ ਮਾਇਓਕਾਰਡੀਅਲ ਰੀਵੈਸਕੁਲਾਈਜੇਸ਼ਨ। ਇਹ ਅਸੀਂ ਪਿਛਲੇ ਸਾਲ ਇੰਟਰੋਡਿਊਸ ਕੀਤਾ ਤੇ ਇਹਦੇ ਵਿੱਚ ਪੇਸ਼ੈਂਟ ਬੈੱਡ ਤੇ ਪੈ ਜਾਂਦਾ ਹੈਗਾ ਤੇ ਈਕੋ ਦੇ ਨਾਲ ਪਹਿਲੇ ਅਸੈਸ ਕਰਦੇ ਆ ਕਿੱਥੇ ਮੂਵਮੈਂਟ ਹਾਰਟ ਦੀ ਘੱਟ ਹੈਗੀ, ਮਤਲਬ ਉੱਥੇ ਬਲੱਡ ਫਲੋ ਘੱਟ ਹੈਗਾ, ਉੱਥੇ ਅਲਟਰਾਸੋਨਿਕ ਵੇਵਸ ਫੋਕਸ ਕਰਦੇ ਆ ਤੇ ਜਿੱਥੇ ਅਲਟਰਾਸਾਊਂਡ ਵੇਵਸ ਫੋਕਸ ਹੁੰਦੀਆਂ ਹੈਗੀਆਂ ਉੱਥੇ ਹੌਲੀ ਹੌਲੀ ਆਪਾਂ ਰਿਪੀਟ ਕਰਦੇ ਆ ਤੇ ਬਲੱਡ ਵੈਸਲਸ ਬਣਨੇ ਸ਼ੁਰੂ ਹੋ ਜਾਂਦੇ ਆ। ਬਲੱਡ ਵੈਸਲਸ ਬਣਦੇ ਹੈਗੇ
ਤੇ ਫਲੋਰ ਤੇ ਵਾਪਿਸ ਆਉਂਦਾ ਹੈਗਾ ਤੇ ਉਹ ਫਲੋਰ ਦੇ ਨਾਲ ਐਨਜਾਈਨਾ ਵਗੈਰਾ ਨੂੰ ਬੈਨੀਫਿਟ ਮਿਲਦਾ ਹੈਗਾ। ਅਲੱਗ ਅਲੱਗ ਪ੍ਰੋਟੋਕਾਲ ਹੈਗੀ ਆ ਕਿਵੇਂ ਕਰਦਾ। ਟੋਟਲ 9 ਸਿਟਿੰਗ ਹੁੰਦੀਆਂ ਹੈਗੀਆਂ, ਕਈ ਸੈਂਟਰ ਦੇ ਵਿੱਚ ਲਗਾਤਾਰ 9 ਕਰ ਦਿੰਦੇ ਆ। ਮੈਂ ਥੋੜਾ ਸਲੋ ਚੱਲਣ ਵਾਲਿਆ ਚਾਹੁੰਦਾ, ਮੈਂ ਹਰ ਮਹੀਨੇ 3 ਸਿਟਿੰਗ ਪ੍ਰੀਫਰ ਕਰਦਾ ਹੈਗਾ, ਇੱਕ ਇੱਕ ਦਿਨ ਛੱਡ ਕੇ ਪਹਿਲੇ ਦੂਜੇ ਤੇ ਤੀਜੇ ਮਹੀਨੇ। ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਕਿ ਟ੍ਰੀਟਮੈਂਟ ਤਾਂ ਕਰਤਾ, ਕਿਵੇਂ ਪਤਾ ਕਿ ਇਫੈਕਟਿਵਨੈਸ ਹੈ। ਉਹਦੇ ਲਈ 2 ਚੀਜ਼ਾਂ ਹੈਗੀਆਂ, ਇੱਕ ਤਾਂ ਹੈਗਾ ਆਪਾਂ ਕਿਵੇਂ ਫੀਲ ਕਰਦੇ ਹਾਂ। ਮੇਰਾ ਸਭ ਤੋਂ ਚੰਗਾ ਇਹ ਤਰੀਕਾ ਹੈਗਾ, ਰੱਬ ਦਾ ਦਿੱਤਾ ਹੋਇਆ ਤਰੀਕਾ ਹੈਗਾ, ਰੱਬ ਨੇ ਬ੍ਰੇਨ ਦਿੱਤਾ, ਬ੍ਰੇਨ ਅਸੈਸ ਕਰਦਾ ਹੈਗਾ ਤੇ ਉਹ ਦੱਸਦਾ ਕਿ ਆਪਾਂ ਪਹਿਲੇ ਨਾਲ ਠੀਕ ਆ ਜਾਂ ਨਹੀਂ। ਨਾਲੇ ਫਰੀ ਦਾ ਹੈਗਾ, ਜਦੋਂ ਪੇਸ਼ੈਂਟ ਪਹਿਲੇ ਨਾਲ ਜ਼ਿਆਦਾ ਚੱਲ ਸਕੇ, ਤੇਜ਼ ਚੱਲ ਸਕੇ, ਛਾਤੀ ਚ ਦਰਦ ਘੱਟ ਹੋਵੇ, ਇੰਟੈਂਸਿਟੀ ਤੇ ਫ੍ਰੀਕੁਐਂਸੀ ਘੱਟ ਜੇ, ਦਵਾਈਆਂ ਦੀ ਲੋੜ ਘੱਟ ਜੇ, ਪੇਸ਼ੈਂਟ ਪਹਿਲੇ ਨਾਲ ਫੀਲ ਕਰਨ ਲੱਗ ਜੇ ਕਿ ਮੈਂ ਬੈਟਰ ਹਾਂ, ਇਸ ਤੋਂ ਵੱਡਾ ਦੁਨੀਆਂ ਦਾ ਕੋਈ ਟੈਸਟ ਨਹੀਂ ਹੈਗਾ ਤੇ ਕੋਈ ਖਰਚਾ ਨਹੀਂ। ਜਿੰਨੇ ਆਦਮੀ ਦੇ ਬਣਾਏ ਹੋਏ ਮੈਨ ਮੇਡ ਟੈਸਟ ਹੈਗੇ, ਕੋਈ ਵੀ 100% ਐਕੂਰੇਟ ਨਹੀਂ ਹੈਗਾ ਤੇ ਇੰਡੀਆ ਚ ਕੋਈ ਵੀ ਫ੍ਰੀ ਨਹੀਂ ਹੈਗਾ। ਇਸ ਕਰਕੇ ਜਿਹੜਾ ਰੱਬ ਦਾ ਦਿੱਤਾ ਹੋਇਆ ਟੈਸਟ ਹੈਗਾ, ਮੈਂ ਉਹਨੂੰ ਮਤਲਬ ਮੰਨ ਜਾਂਦਾ ਹੈਗਾ। ਇਹ ਜੋ ਟੈਸਟ ਕਰਨੇ ਹੈਗੇ, ਟ੍ਰੈਡਮਿਲ ਟੈਸਟ ਇਹ ਕੀਤਾ ਜਾ ਸਕਦਾ ਹੈਗਾ, ਇਹ ਇੰਪਰੂਵਮੈਂਟ ਦਿਖਾਉਂਦਾ। ਸਟ੍ਰੈਸ ਥੈਲੀਅਮ ਇਹ ਪ੍ਰੀ ਤੇ ਪੋਸਟ ਦਾ ਪਿਕਚਰ ਹੈਗੀ ਆ, ਜਿਹੜਾ ਆਪਾਂ ਟੈਸਟ ਸੀ ਡਿਸਕਸ ਕੀਤਾ ਸੀ ਉਹਦਾ ਹੈਗਾ। ਇਹ ਇੱਕ ਐਕਸਪੈਰੀਮੈਂਟਲ ਐਂਜੀਓਗ੍ਰਾਫੀ ਚ ਹੈਗਾ, ਆਪਾਂ ਛੋਟੇ ਬਲੱਡ ਵੈਸਲ ਜਿਹੜੇ ਹੈਗੇ ਦੇਖ ਰਹੇ ਹਾਂ ਕਿ ਉਧਰ ਕਿੰਨੇ ਕੁ ਹੈਗੇ ਤੇ ਇੱਥੇ ਕਿੰਨੇ ਵੱਧ ਗਏ। ਇਹ ਛੋਟੇ ਬਲੱਡ ਵੈਸਲ ਦਾ ਜੇ ਤੁਸੀਂ ਕਿਸੇ ਦੀ ਐਂਜੀਓਗ੍ਰਾਫੀ ਦੇਖੋ, ਉਹ ਨਜ਼ਰ ਨਹੀਂ ਆਉਂਦੇ। ਐਸੇ ਕਰਕੇ ਐਂਜੀਓਗ੍ਰਾਫੀ ਇਸ ਟਾਈਮ ਸਟਿਲ ਬੈਸਟ ਟੈਸਟ ਕੀਤਾ ਜਾਂਦਾ ਹੈਗਾ, ਲੇਕਿਨ ਅਜੇ ਉਹ ਇਨਕੰਪਲੀਟ ਹੈਗਾ ਤੇ ਅਜੇ ਬਹੁਤ ਸਾਰੇ ਕੇਸ ਜੋ ਮਿਸਲੀਡਿੰਗ ਵੀ ਹੈਗਾ, ਕਿਉਂਕਿ ਇਹ ਛੋਟੇ ਬਲੱਡ ਵੈਸਲ ਜਿਹੜੇ ਹੈਗੇ ਉਹਦੇ ਨਜ਼ਰ ਨਹੀਂ ਆਉਂਦੇ। ਜੇ ਮੈਂ ਕੰਪੇਅਰ ਕਰਾਂ, ਇੱਕ ਸੜਕ ਹੈਗੀ GT ਰੋਡ, ਜਦੋਂ ਹਵਾਈ ਜਹਾਜ਼ ਉਤਰਨ ਲੱਗਦਾ ਹੈਗਾ ਵੱਡੀਆਂ ਸੜਕਾਂ ਨਜ਼ਰ ਆਉਣ ਲੱਗ ਜਾਂਦੀਆਂ, ਲੇਕਿਨ ਪਿੰਡ ਦੀਆਂ ਛੋਟੀਆਂ ਸੜਕਾਂ ਨਹੀਂ ਨਜ਼ਰ ਆਉਂਦੀਆਂ। ਜੇ ਹਵਾਈ ਜਹਾਜ਼ ਤੋਂ ਦੇਖੋ, ਜੇ GT ਰੋਡ ਟੁੱਟੀ ਹੋਈ ਆ ਤੇ ਆਪਾਂ ਕਹਾਂਗੇ ਅੱਜ ਆਪਾਂ ਲੁਧਿਆਣੇ ਤੋਂ ਦਿੱਲੀ ਨਹੀਂ ਪਹੁੰਚ ਸਕਦੇ, ਲੇਕਿਨ ਜਿਹੜੀਆਂ ਪਿੰਡ ਵਾਲੀਆਂ ਸੜਕਾਂ ਉਹਦੇ ਨਾਲ ਆਪਾਂ ਆਰਾਮ ਨਾਲ ਜਾ ਸਕਦੇ ਹਾਂ। ਤੇ ਇਹੀ ਹੈਗਾ ਕਿ ਡਿਫਰੈਂਸ ਕਿ ਅਸੀਂ ਜੋ ਹੈਗਾ ਤੁਸੀਂ ਸੋਚ ਲਓ ਕਿ ਪਿੰਡਾਂ ਵਾਲੀਆਂ ਸੜਕਾਂ ਦਾ ਫਾਇਦਾ ਉਠਾ ਰਹੇ ਹੈਗੇ, ਜਿਹੜੀਆਂ ਕਿ ਨੈਚੁਰਲ ਹੈਗੀਆਂ, GT ਰੋਡ ਬਣਨ ਤੋਂ ਪਹਿਲੇ ਦੀਆਂ ਹੈਗੀਆਂ। ਇਸ ਕਰਕੇ ਇਹਨਾਂ ਨੂੰ ਅਸੀਂ ਨੈਚੁਰਲ ਟ੍ਰੀਟਮੈਂਟ, ਨੈਚੁਰਲ ਬਾਈਪਾਸ ਵੀ ਕਹਿ ਸਕਦੇ ਹਾਂ। ਇਹ ਹੈਗਾ ਇਹੀ ਇਫੈਕਟਿਵਨੈਸ ਲੈਗ ਦੇ ਵਿੱਚ, ਇੱਥੇ ਪਹਿਲੇ ਆ, ਆ ਬਾਅਦ ਵਿੱਚ ਆ, ਇੱਥੇ ਬਲੱਡ ਵੈਸਲ ਦੇਖ ਲਓ ਤੇ ਇੱਥੇ ਕਿੰਨਾ ਹੈਗਾ ਟੋਟਲ ਨਜ਼ਰ ਆ ਰਿਹਾ। ਕਿਉਂਕਿ ਸਰਕੂਲੇਸ਼ਨ ਥਰੂ ਆਊਟ ਦਾ ਬਾਡੀ ਇੰਪਰੂਵ ਹੁੰਦਾ ਹੈਗਾ, ਇਹਨਾਂ ਟ੍ਰੀਟਮੈਂਟਸ ਦੇ ਨਾਲ ਥਰੂ ਆਊਟ ਦਾ ਬਾਡੀ ਜਿਹੜਾ ਹੈਗਾ ਉਹ ਇੰਪਰੂਵਮੈਂਟ ਹੁੰਦੀ ਹੈਗੀ। ਤੇ ਇਹਨਾਂ ਚੋ ਜੇ ਮੈਂ ਹਾਰਟ ਦੇ ਵਿੱਚ ਹਾਰਟ ਅਟੈਕ, ਐਨਜਾਈਨਾ, ECP ਇੱਕ ਮੈਥਡ ਆ ਜਿਹਦੇ ਨਾਲ ਇੰਜੈਕਸ਼ਨ ਫ੍ਰੈਕਸ਼ਨ ਵੀ ਇੰਪਰੂਵ ਕਰਦਾ ਹੈਗਾ, ਮਤਲਬ ਹਾਰਟ ਜਦੋਂ ਵੀਕ ਹੋ ਜਾਂਦਾ ਹੈ ਉਹ ਵੀ ਇੰਪਰੂਵ ਕਰਦਾ ਹੈਗਾ। ਇਨਫੈਕਟ ਤਿੰਨਾਂ ਨਾਲ ਕਰਦਾ ਹੈਗਾ, ECP FDA ਅਪਰੂਵਡ ਹੈਗਾ ਐਸ ਪਰਪਸ ਦੇ ਲਈ। ਬ੍ਰੇਨ ਦਾ ਉੱਥੇ ਸਰਕੂਲੇਸ਼ਨ ਇੰਪਰੂਵ ਕਰਨ ਦਿਲ ਕਰਦੀ ਹੁੰਦੀ ਹੈ ਜਦੋਂ ਜਿੱਥੇ ਵੀਕਨੈਸ ਰਹਿ ਗਈ ਹੈਗੀ, ਪੂਅਰ ਮੈਮੋਰੀ, ਪਲੈਨਿੰਗ ਕੈਪੈਸਿਟੀ, ਪਾਰਕਿੰਸਨ, ਇਹਨਾਂ ਸਭ ਦੇ ਬੈਨੀਫਿਟ ਮਿਲਦਾ ਹੈਗਾ। ਲੈਗ ਪੇਨ ਜਦ ਕਲੋਡੀਕੇਸ਼ਨ ਹੁੰਦਾ ਹੈਗਾ ਆਰਟੀਟੀਜ਼ ਦੇ ਕਾਰਨ, ਜਦੋਂ ਆਪਾਂ ਚੱਲਦੇ ਹਾਂ ਲੱਤਾਂ ਦਰਦ ਹੋ ਜਾਂਦਾ ਹੈਗਾ, ਬੈਠਦੇ ਹਾਂ ਫਿਰ ਠੀਕ ਹੋ ਜਾਂਦਾ ਕਿਉਂਕਿ ਉੱਥੇ ਬਲੱਡ ਫਲੋ ਘੱਟ ਆ, ਉਹ ਇੰਪਰੂਵ ਹੋ ਜਾਂਦਾ। ਕ੍ਰੋਨਿਕ ਫਟੀਕ, ਆਰਥਰਾਈਟਿਸ, ਸਾਡਾ ਪੇਸ਼ੈਂਟ ਹੈਗਾ ਜਿਹੜਾ ਕਿ ਉਹਦੀ ਹੀਅਰਿੰਗ ਇੰਪਰੂਵ ਕੀਤੀ,
ਇੱਕ ਪੇਸ਼ੈਂਟ ਇੱਕ ਬਾਬਾ ਜੀ ਸੀਗੇ ਸੰਤ, ਉਹਨਾਂ ਦੇ ਬਿਲਕੁਲ ਗ੍ਰੇ ਹੇਅਰ ਸੀਗੇ, ਉੱਥੇ ਵਾਈਟ ਬਲੈਕ ਸ਼ੁਰੂ ਹੋ ਗਿਆ ਉਹਨੇ, ਕਿਉਂਕਿ ਸਭ ਕੁਛ ਸਰਕੂਲੇਸ਼ਨ ਨਾਲ ਰਿਲੇਟਡ ਹੈ। ਇਹ ਤਾਂ ਸੀ ਹਾਰਟ ਦੇ ਬਾਰੇ। ਹੁਣ ਕੁਛ ਹੋਰ ਟ੍ਰੀਟਮੈਂਟ ਜਿਹੜੀ ਆ ਕਿ ਨੋਨ ਸਰਜੀਕਲ ਹੈਗੀ ਆ, ਮੈਂ ਦੋ ਦੋ ਲਾਈਨਾਂ ਉਹਨਾਂ ਦੇ ਬਾਰੇ ਵੀ ਦੱਸਦਾ ਹਾਂ। Thank you.